ਹੈਲੋ ਜੀ, ਅਸਲਾਮ ਵਾਲੇਕੁਮ ਜਨਾਬ। ਤਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੇ, ਅਤੇ ਤਾਂਦਲਾ ਮੰਡੀ ਦੇ ਵਿੱਚ ਜਨਾਬ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਜੇ। ਇਹ ਜਾਨਵਰ ਜਿਹੜੇ ਤੁਹਾਨੂੰ ਅਸੀਂ ਚੈੱਕ ਕਰਾ ਰਹੇ, ਮਾਸ਼ਾਅੱਲਾ ਅੱਛੇ ਜਾਨਵਰ, ਕਮ ਪੈਸੇ ਦੇ ਵਿੱਚ ਔਰ ਸਾਫ਼ ਸੁਥਰੇ ਜਾਨਵਰ, ਇਨਸ਼ਾਅੱਲਾ ਤੁਹਾਨੂੰ ਅਸੀਂ ਚੈੱਕ ਕਰਾ ਰਹੇ ਜੇ। ਇਹ ਜਾਨਵਰ ਤੁਸੀਂ ਦੇਖੋ, ਇਸ ਤੋਂ ਇਲਾਵਾ ਵੀ ਅੱਛੇ ਜਾਨਵਰ, ਨੁਕਰੇ ਵਗੈਰਾ ਜੋ ਵੀ ਲੈਣੇ ਹੋਣ ਤਾਂ ਉਹ ਇਹਨਾਂ ਕੋਲੋਂ ਜਨਾਬ ਤੁਹਾਨੂੰ ਲੱਭ ਸਕਦੇ ਨੇ। ਆਪਣਾ ਨਾਮ ਦੱਸੋ। ਤਨਵੀਰ ਸ਼ਾਹ। ਆਪਣਾ ਨੰਬਰ ਵੀ ਦੱਸ ਦੇਵੇ ਤਾਂ ਕਿ ਜਿਹਨੂੰ ਜ਼ਰੂਰਤ ਹੋਵੇ ਫਿਰ ਤੇ ਨਾਲ ਰਾਬਤਾ ਵੀ ਕਰ। 0345 60 61 61। ਇਹ ਘੋੜੀ ਦੇ ਕਿੰਨੇ ਪੈਸੇ? ਘੋੜੀ ਦਾ ਹੈ ਕਵੀ ਬਚੇਰੀ ਹੈ ਸਰਲ ਬਿਆਮ। ਸਰਲ ਬਿਆਮ, ਠੀਕ ਹੋ ਗਿਆ। ਤੇ ਲਓ ਜਨਾਬ, ਇਹ ਬਛੇਰੀ ਤੁਹਾਨੂੰ ਦਿਖਾਈ ਹੈ। ਇਸ ਤੋਂ ਮਜ਼ੀਦ ਜਿਹੜੇ ਇਹ ਮਾਸ਼ਾਅੱਲਾ ਜਾਨਵਰ ਖਲੋਤੇ ਹੋਏ ਨੇ, ਇਹ ਸਾਰੇ ਜਿਹੜੇ ਜਾਨਵਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਔਰ ਇਹਦੇ ਵਿੱਚ ਰੇਟ ਵੀ ਅਸੀਂ ਤੁਹਾਨੂੰ ਦੱਸਣੇ। ਹਾਂ ਹੁਣ ਲਓ ਜੀ, ਆਹ ਵਛੇਰਾ ਮਾਸ਼ਾਅੱਲਾ ਤੁਸੀਂ ਦੇਖੋ, ਖੂਬਸੂਰਤ ਵਛੇਰਾ ਹੈਗਾ ਜੀ। ਤੇ ਇਹ ਜਨਾਬ, ਇਹਦੀ ਕਿੰਨੀ ਉਮਰ ਹੋ ਗਈ ਹੈ? ਸਰਲੇ ਕਿੰਨੇ ਪੈਸੇ ਹੁੰਦੇ ਜੀ? 1,80,000 ਰੁਪਇਆ। ਲਓ ਜਨਾਬ, 1,80,000 ਰੁਪਇਆ ਸਰਲ ਵਛੇਰਾ ਜੀ। ਤੇ ਮਾਸ਼ਾਅੱਲਾ ਹਾਈਟ ਵੀ ਅੱਛੀ ਹੈ, ਔਰ ਹੋਰ ਮਜ਼ੀਦ ਜਿਹੜੀ ਇਹਦੀ ਹਾਈਟ ਹੋਵੇਗੀ। ਸਾਫ਼ ਸੁਥਰੇ ਗਾਮਚੀਆਂ ਵਗੈਰਾ, ਹਰ ਚੀਜ਼ ਖੂਬਸੂਰਤ ਹੈ ਮਾਸ਼ਾਅੱਲਾ। ਨੰਬਰ ਜਨਾਬ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਿੱਤਾ ਦੋਸਤ ਨੂੰ, ਜਿਹਨੂੰ ਚਾਹੀਦਾ ਹੋਵੇ ਜਾਂ ਇਸ ਤੋਂ ਇਲਾਵਾ ਕੋਈ ਬੱਚੇ ਵੀ ਚਾਹੀਦੇ ਹੋਵੇ ਸ਼ੌਕੀਨੀ ਵਾਸਤੇ, ਤੇ ਜਨਾਬ ਇਹਨਾਂ ਨਾਲ ਰਾਬਤਾ ਕਰ ਸਕਦੇ ਜੇ। ਤੇ ਜਨਾਬ ਆਪਦੇ ਨਾਲ ਵੀ ਤੁਸੀਂ ਰਾਬਤਾ ਰੱਖਿਆ ਜੇ। ਲਓ ਆਪਦ ਦੇ ਇਨਸ਼ਾਅੱਲਾ ਤੁਹਾਨੂੰ ਜਾਨਵਰ ਦਿਖਾਣੇ। ਬਿਸਮਿਲਾ ਵੀਰ, ਅਲਹਮਦੁਲਿਲਾ। ਇੱਕ ਮਿੰਟ ਪਹਿਲਾਂ ਹੁਣ ਖਲੋ ਜਾ, ਮੈਨੂੰ ਛੱਡਦੇ ਹੀ ਨਹੀਂ। ਲਓ ਜਨਾਬ, ਮਾਸ਼ਾਅੱਲਾ ਆਬਦ ਭਾਈ ਦੇ ਕੋਲ ਅਸੀਂ ਆਏ ਜਨਾਬ, ਤੇ ਮਾਸ਼ਾਅੱਲਾ ਖੂਬਸੂਰਤ ਅੱਛੇ ਜਾਨਵਰ, ਕੱਦ ਕਾਠ ਵਾਲੇ, ਹਾਈਟ ਵਾਲੇ ਜਾਨਵਰ, ਹਾਈਟ ਵਾਲੀ ਇਹ ਘੋੜੀਆਂ, ਡਬਲ ਬਾਡੀ ਦੀ ਘੋੜੀ ਜਨਾਬ ਅਸੀਂ ਤੁਹਾਨੂੰ ਦਿਖਾ ਰਹੇ ਜੇ। ਆਬਦ ਭਾਈ, ਇਹਦੀ ਉਮਰ ਕਿੰਨੀ ਹੋ ਗਈ? ਸ਼ੁਰੂ ਪੰਜ। ਤੇ ਇਹਦਾ ਕੋਈ ਫਨ ਫੁਨ ਵਿਖਾਓ, ਖੇਡਦੀ ਏ, ਦੌੜਦੀ ਏ, ਕੀ? ਅੱਛਾ 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 ਆਬਦ ਭਾਈ, ਕੋਈ ਨੁਕਰੀਆਂ ਵਗੈਰਾ? ਘੋੜੇ ਤਾਂ ਸਾਡੇ ਦੋਸਤ ਹੈਗੇ ਨੇ, ਕੋਈ ਨੁਕਰੀ ਆਪਣੇ ਕੋਈ ਖੜੀ? ਕੋਈ ਡੇਰੇ ਡੂਰੇ ਦੋ ਘੋੜੀਆਂ? ਅੱਛਾ ਜੀ, ਠੀਕ ਹੋ ਗਿਆ। ਤੇ ਲਓ ਜਨਾਬ, ਤੁਹਾਡੇ ਨਾਲ ਜੇਕਰ ਕੋਈ ਡਾਇਰੈਕਟ ਵੀ ਰਾਬਤਾ ਕਰਨਾ ਚਾਹੇ ਤਾਂ ਨੰਬਰ ਆਪਣਾ ਦੱਸ। 0344 283 205। ਆਬਦ ਭਾਈ, ਇਸ ਤੋਂ ਇਲਾਵਾ ਕਿਹੜੀ ਘੋੜੀ ਆਪਣੇ? ਬੱਚੇ ਵਾਲੀ? ਲਓ ਜੀ, ਥੋੜੇ ਪੈਸਿਆਂ ਵਾਲੀ ਬੱਚੇ ਵਾਲੀ ਜੀ। ਅੱਛਾ, ਇਹਦੇ ਕਿੰਨੇ ਪੈਸੇ ਨੇ? ਮਗਰ ਵਛੇਰੀ ਹੈ? ਅੱਛਾ, ਪਿਆਰ ਮੁਹਬਤ ਹੋ ਜਾਏਗੀ। ਅੱਛਾ, ਸਿਆਲਕੋਟ ਗਈ, ਸਿੰਧ ਗਈ, ਜਿਹੇ ਗਈ। ਅੱਛਾ, ਤੇ ਨੁਕਰੇ ਬੱਚੇ ਦਿੰਦੀ ਏ? ਕੋਰੀ ਹੈ, ਲੱਗੀ ਹੋਈ ਹੈ? ਲੱਗੀ ਹੋਈ ਹੈ, ਪ੍ਰੈਗਨੈਂਟ ਹੈ। ਨਹੀਂ ਨਹੀਂ, ਉਂਝ ਕਿਧਰੇ ਲਾਈ, ਰੇੜੇ ਰੂੜੇ ਚਲਾਈ ਏ? ਰੇੜੇ ਰੂੜੇ ਤੇ ਨਹੀਂ ਲੱਗੀ। ਅੱਛਾ, ਉਂਝ ਫਿਰ ਕ੍ਰਾਸ ਕਰਾਈ ਹੋਈ ਏ? ਹੁਣ 4 ਲੱਗਦੀ ਪਈ ਏ। 4 ਲੱਗਦੇ ਤੇ 2,50,000 ਰੁਪਇਆ ਇਹਦਾ ਸੈੱਟ ਦਾ। ਬੱਚੀ ਏ, ਬੜੇ ਖੂਬਸੂਰਤ ਬੱਚੇ ਦਿੰਦੀ ਏ ਆਪਣੇ ਤੋਂ ਜ਼ਿਆਦਾ। ਅੱਛਾ, ਇਸ ਦੀ ਵਛੇਰੀ, ਠੀਕ ਹੋ ਗਿਆ। ਤੇ ਨੰਬਰ ਆਬਦ ਵਾਲਾ ਹੀ? ਨੰਬਰ ਆਬਦ ਵਾਲਾ ਹੀ ਹੈ, ਮੇਰਾ ਵੀ ਹੈ। ਤੂੰ ਵੀ ਬੋਲ ਦੇ। ਕਿੰਨੇ ਪੈਸੇ? 1,20,000 ਰੁਪਏ। ਅੱਛਾ, 8-9 ਮਹੀਨੇ। ਅੱਛਾ, ਕੱਚਾ ਖੀਰਾ ਬੱਚਾ ਹੈ। ਹਾਂ, ਤੇ ਇਹਦੇ ਕਿੰਨੇ ਪੈਸੇ ਮੰਗ ਰਿਹਾ ਜੀ? 1,20,000। ਕਾਹਦੇ ਕਿੰਨਾ ਕੁ ਕਰ ਜਾਏਗਾ? ਅੱਛਾ, ਤੇ ਲਓ ਜਨਾਬ, ਮਾਸ਼ਾਅੱਲਾ ਵਛੇਰਾ ਤੁਹਾਨੂੰ ਦਿਖਾਇਆ। ਅਗਰ ਕੋਈ ਸ਼ੌਕ ਵਾਲਾ ਜਿਹੜਾ ਦੋਸਤ ਲੈਣਾ ਚਾਹੁੰਦਾ ਹੋਵੇ ਤੇ ਜਨਾਬ ਉਹ ਰਾਬਤਾ ਕਰ ਸਕਦਾ, ਔਰ ਆਬਦ ਦੇ ਕੋਲ ਹੋਰ ਵੀ ਜਾਨਵਰ ਹੈਗੇ ਨੇ ਮਾਸ਼ਾਅੱਲਾ। ਮੇਰੇ ਕੋਲ 8 ਡੰਗਰ ਗਾਲ ਖਰੋਤੇ ਨੇ ਜੀ, ਤੋਰੇ ਵਾਲੀਆਂ ਗੋੜੀਆਂ ਗੱਲਾਂ ਮੇਰੇ ਕੋਲ ਦੋ ਤੇ। ਹਾਂ, ਅੱਛੀਆਂ ਗੋੜੀਆਂ ਗੱਲਾਂ, ਇੱਕ ਡਾਣਾ ਮੇਰੇ ਕੋਲ ਬਹੁਤ ਚੰਗਾ। ਅੱਛਾ, ਇਹਦੇ ਵਿੱਚ ਦਾ 5.5 ਕਲੀਆਂ। ਹਾਂ, ਇਹ ਚੰਗਾ ਬਛੇਰਾ, 1.5 ਸਾਲ ਉਮਰ ਹੈ, ਚੰਗੀ ਬਾਰੀ ਬਾਟੀ। ਅੱਛਾ, ਇੱਕ ਸਾਵੀ ਗੋੜੀ ਮੇਰੇ ਕੋਲ ਖੜੀ ਹੈ, ਦੋ ਤਿੰਨ ਗੋੜੀਆਂ, ਇੱਕ ਪ੍ਰੈਗਨੈਂਟ ਗੋੜੀ ਖੜੀ ਹੈ, ਮਿਸਾਲ ਸੁਮਣ ਵਾਲੀ। ਹਾਂ,
ਜੀ ਗੋੜੀ ਟੋਰੇ ਬਾਅਦ ਚੰਗੀ ਖਲੀ ਹੈ ਬਲਕਿ ਦੋ ਤਿੰਨ ਗੋੜੀਆਂ ਟੋਰੇ ਵਾਲੀਆਂ ਮੇਰੇ ਠੀਕ ਹੈ ਸੱਤ ਅੱਠ ਡੰਗਰ ਖਲੇ ਮੇਰੇ ਠੀਕ ਇੱਕ ਗੋੜੀ ਮੇਰੇ ਕੋਲ ਫਰੈਸ਼ ਨਹੀਂ ਖਲੀ ਹੈ ਜਿਹੜੀ ਚਾਲ ਬਾਅਦ ਜਿਹੜੀ ਜੀ ਮੇਰੇ ਕੋਲ ਗਰ ਖੜੀ ਹੈ ਚਾਲ ਬਾਅਦ ਜੀ ਚਾਲ ਬਾਅਦ ਗੋੜੀ ਪਰ ਜਿਹੜੀ ਗੋੜੀ ਫਿਰ ਲਈ ਠੀਕ ਹੋ ਗਿਆ ਜੀ ਕੁਮਾਇਤ ਪੰਜ ਕਲੀਆਂ ਚਲੋ ਠੀਕ ਹੈ ਜੀ ਲਓ ਜਨਾਬ ਅਸੀਂ ਸਾਡੇ ਨਾਲ ਆਬਦ ਭਾਈ ਔਰ ਜਾਨਵਰ ਮਾਸ਼ਾਅੱਲਾ ਤੁਹਾਨੂੰ ਦਿਖਾਇਆ ਤੇ ਘਰ ਵੀ ਉਹਦੇ ਕੋਲ ਡੰਗਰ ਹੈਗੇ ਨੇ ਅਗਰ ਤੁਸੀਂ ਬੱਚੇ ਵਾਲੇ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਚੇ ਵਾਲੇ ਵੀ ਮਿਲ ਜਾਏਗੀ ਤੇ ਵੀਡੀਓ ਸਾਡੀ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਾਇਓ ਸਾਡੇ ਚੈਨਲ ਵੀ ਜਨਾਬ ਸਬਸਕ੍ਰਾਈਬ ਕਰਾਇਓ ਜੀ ਇਜਾਜ਼ਤ ਚਾਹੁੰਦੇ ਜਨਾਬ ਅੱਲਾਹ ਹਾਫਿਜ਼ ਫੀ ਮਾਮਲਾ